ਸਤਿ ਸ਼੍ਰੀ ਅਕਾਲ ਜੀ। ਫਾਰਮਿੰਗ ਬਾਬਾ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਜਿਹੜੇ ਵੀਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਨੇ, ਉਹ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਹਰ ਜ਼ਰੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ। ਕਿਸਾਨ ਵੀਰੋ, ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਬਰਬਰੀ ਕਿਸਮ ਦੇ ਬੱਕਰੇ ਅਤੇ ਬੱਕਰੀਆਂ ਦੀ ਜਾਣਕਾਰੀ ਮਿਲੇਗੀ, ਜਿਵੇਂ ਕਿ ਬਰਬਰੀ ਬੱਕਰੀਆਂ ਕਿਸ ਕੰਮ ਆਉਂਦੀਆਂ ਹਨ, ਇਹ ਬੱਕਰੀਆਂ ਦੀ ਕਿੰਨੀ ਕੀਮਤ ਹੁੰਦੀ ਹੈ, ਇਹਨਾਂ ਦਾ ਕਿੰਨਾ ਵਜ਼ਨ ਹੁੰਦਾ ਹੈ ਅਤੇ ਇਹ ਨਸਲ ਕਿਸਾਨਾਂ ਲਈ ਕਿੰਨੀ ਲਾਹੇਵੰਦ ਹੋ ਸਕਦੀ ਹੈ, ਉਹ ਤੁਸੀਂ ਵੀ ਸੁਣੋ। ਮੇਰੇ ਪਾਸ ਬੀਟਲ ਨਸਲ ਕੇ ਬੱਕਰੇ ਔਰ ਫੀਮੇਲ ਔਰ ਜੇ ਬਰਬਰੇ ਮੇਲ ਔਰ ਫੀਮੇਲ ਹੈ, ਬੜੀਆ ਕੁਆਲਿਟੀ ਮੇਰੇ ਤੇ ਹੈ। ਨਹੀਂ ਜੀ, ਰੋਕਿਟ ਕਾਨ ਹੋਤੇ ਹੈ, 11 ਨੰਬਰ ਕਾਨ ਕੇ ਹੋਤੇ ਹੈ ਜੀ, ਪਿਓਰ ਕੁਆਲਿਟੀਦਾਰ ਹੋਤੀ ਹੈ ਬਰਬਰੀ, ਜੈਸੇ ਦੋ ਦਾਂਤ ਚਾਰ ਦਾਂਤ, ਬੜੀਆ ਕੁਆਲਿਟੀ ਔਰ ਇਸਕੀ ਬਰੀਡ ਵੀ ਅੱਛੀ ਰਹਤੀ ਹੈ, ਬੱਚੇ ਵੀ ਸ਼ਾਨਦਾਰ ਦੇਤੀ ਹੈ ਜੀ, ਦੁੱਧ ਵੀ ਬਹੁਤ ਅੱਛਾ ਹੈ ਮਾਸ਼ਾਅੱਲਾ। ਇਹ ਮੰਨ ਕੇ ਚਲੋ ਦੋ ਦਾਂਤ ਪਏ ਜੀ, ਔਰ ਜੇ ਚਾਰ ਦਾਂਤ ਪਏ ਦੋ ਸਾਲ ਢਾਈ ਸਾਲ, ਦੋ ਸਾਲ ਢਾਈ ਸਾਲ ਹੈ। ਲਓ ਜੀ, ਆਠ ਦਾਂਤ ਪੇ ਹੋ ਜਾਤੀ ਹੈ ਸਰ, ਦਾਂਤ ਗਿਰ ਜਾਤੇ ਹੈ ਜੀ, ਉਸਕੇ ਦਾਂਤ ਗਿਰ ਜਾਤੇ ਹੈ, ਬੋਡੀ ਕੀ ਲੈਂਥ, ਬੱਚਾ ਦੰਤ ਪੇ ਹੋਤਾ ਹੈ ਜੈਸੇ ਭਾਈ। ਬਰਬਰੀ ਰੋਕਿਟ ਕਾਨ 11 ਨੰਬਰ ਕਾਨ ਹੋਤੇ ਹੈ, ਅਦੰਤ ਕੀ ਪਹਿਚਾਨ ਛੋਟੇ ਫੀਮੇਲ ਜੈਸੇ ਯੇ ਹੈ, ਔਰ ਜੇ ਚਾਰ ਦਾਂਤ ਪੇ ਹੈ ਫੀਮੇਲ ਅੱਛੀ ਕੁਆਲਿਟੀ ਮੈਂ, ਨਹੀਂ ਯੇ ਦੁੱਧ ਮੈਂ ਵੀ ਯੂਜ ਹੋਤੀ ਹੈ ਔਰ ਖਾਨੇ ਮੈਂ ਬੁੱਢੀ ਹੋ ਜਾਤੀ, ਖਾਨੇ ਮੈਂ ਚਲੀ ਜਾਤੀ ਹੈ ਜੀ, ਯੇ ਦੋਨੋਂ ਤਰਫ ਚਲੀ ਜਾਤੀ ਹੈ, ਦੁੱਧ ਅੱਛਾ ਹੈ ਇਸਕਾ। ਹਾਂਜੀ ਜੀ, ਹਮਾਰੇ ਵੈਸੇ ਤੋਂ ਪੰਜਾਬ ਕੀ ਹੈ ਜੀ, ਬੀਟਲ ਔਰ ਬਰਬਰੀ ਜੀ, ਕਦ ਹੋ ਜਾਤਾ ਮੰਨ ਕੇ ਚਲੋ ਜੇ ਬਸ 30 ਇੰਚ ਸੇ ਜ਼ਿਆਦਾ ਨਹੀਂ ਹੋਤਾ ਇਨਕਾ, 30 28 30 ਇੰਚ 28 ਜ਼ਿਆਦਾ ਸੇ ਜ਼ਿਆਦਾ, ਰੇਟ ਤੋਂ ਦੇਖੋ ਜੀ ਮੰਨ ਕੇ ਚਲੋ 40 45 ਐਸੇ ਹੋ ਜਾਤਾ ਆਰਾਮ ਸੇ, ਰੇਟ ਮੰਨ ਕੇ ਚਲੋ ਵੀ ਉਹ ਵੇਟ ਕੇ ਹਿਸਾਬ ਸੇ ਰੇਟ ਵੀ ਮੰਨ ਕੇ ਜੈਸੇ 7-8 ਹਜ਼ਾਰ ਕਾ ਵੀ ਮਿਲ ਜਾਤਾ ਹੈ, ਔਰ ਕਈ ਤੋਂ 20-20 ਹਜ਼ਾਰ 22-22 ਹਜ਼ਾਰ ਵੀ ਪੜੀ ਹੈ ਵੀ ਮਿਲ ਕਿ ਸਭ ਸੇ ਪਹਿਲੇ ਜੈਸੇ ਜੇ ਬਰਬੀ ਕਨ ਦੇਖੋ ਇਸਕੇ ਕਾਨ ਉੱਪਰ ਹੋਣੇ ਚਾਹੀਏ, ਮੁੰਡੀ ਇੱਕ ਇਸਕਾ ਰੰਗ ਜੇ ਬਹੁਤ ਚਲਤਾ ਹੈ, ਹਿਰਨ ਸ਼ਾਹ ਬੋਲਤੇ ਇਸਕੋ, ਜੇ ਬਹੁਤ ਕੁਆਲਿਟੀ ਮੈਂ ਚਲਤੀ ਹੈ ਜੇ ਬਰਬਰੀ। ਹਾਂਜੀ ਸਰ, ਨਹੀਂ ਹਮਨੇ ਤੋ ਜੇ 5-4-6 ਸਾਲ ਸੇ ਕਰਾਇਆ ਹੈ, ਕੋਈ ਜ਼ਿਆਦਾ ਲੰਬਾ ਨਹੀਂ ਹੈ, 5-6 ਸਾਲ ਸੇ ਕਰਤੇ ਹਮ ਤੋ, ਹਮ ਤੋ ਸੇਲ ਪਰਚੇਜ ਕਾ ਕੰਮ ਕਰਤੇ ਹੈ, ਹਮਾਰਾ ਮਾਲ ਜੈਸੇ ਬੰਬੇ ਮਹਾਰਾਸ਼ਟਰ ਔਰ ਤੇਰਾ ਉੱਤਰਾਖੰਡ ਕੋਲਕਾਤਾ ਇੱਧਰ ਇੱਧਰ ਜਾਤਾ ਹੈ, ਸਾਰੇ ਹਿੰਦੁਸਤਾਨ ਮੈਂ ਟ੍ਰਾਂਸਫਰ ਕਰ, ਉਸੇ ਸਮੱਸਿਆ ਤਾਂ ਪਹਿਲੇ ਜਬ ਫਾਰਮ ਖੋਲਿਆ ਨਾ ਮੈਨੇ, ਤੋ ਮੈਂ ਜਬ ਫਾਰਮ ਖੋਲਿਆ ਉਸਮੇ ਸਮੱਸਿਆ ਯਹੀ ਆਤੀ ਹੈ, ਚਾਰੇ ਚੂਰੇ ਕਾ ਪਹਿਲੇ ਬੰਦੋਬਸਤ ਹੋਣਾ ਚਾਹੀਏ ਇਨਕਾ, ਔਰ ਅੱਛੀ ਆਦਮੀ ਰੱਖਣੇ ਚਾਹੀਏ ਦੋ ਚਾਰ, ਔਰ ਉਨਕੀ ਪਰਵਿਸ਼ ਕਰਨੀ ਚਾਹੀਏ, ਮੰਨ ਕੇ ਚਲੋ ਜੇ ਬੀਟਲ ਨਸਲ ਕਾ ਜੇ ਬੜੀਆ ਸੇ ਬੜੀਆ ਮਾਲ ਦੇਖੋ ਤੋ ਆ ਇੱਕ ਦਲ ਦਿਨ ਕਾ ਅਤੇ 40 ਰੁਪਏ ਪ੍ਰਤੀ ਦਿਨ ਕਾ ਖਰਚਾ ਹੈ, ਬੀਟਲ ਬੜੀਆ ਰੱਖੋਗੇ ਔਰ ਜੇ ਉਸਮੇ ਦੋ ਆਦਮੀ ਵੀ ਆ ਜਾਤੇ ਹੈ, ਜੈਸੇ ਲੋਕ ਕਰਤੇ ਕਿਆ ਆਤੇ ਹੈ ਉਹ ਫਾਰਮ ਜ਼ਿਆਦਾ ਖੋਲ ਲੇਤੇ ਹੈ, ਪੈਸੇ ਫਾਰਮ ਪੇ ਜ਼ਿਆਦਾ ਲਗਾਤੇ, ਮਾਲ ਪਰ ਬਹੁਤ ਕਮ ਲਗਾਤੇ ਹੈ, ਉਹ ਇਸੀ ਮੈਂ ਮਾਰ ਖਾ ਜਾਤੇ ਹੈ, ਨਹੀਂ ਪਹਿਲੇ ਭੈਂਸੋ ਕਾ ਕਰਤੇ ਥੇ ਹਮ, ਭੈਂਸੋ ਕਾ ਕਰਤੇ ਥੇ ਭੈਂਸੋ ਕਾ, ਔਰ ਉਸਮੇ ਇਤਨਾ ਜੈਸੇ ਮੰਨ ਕੇ ਚਲੋ 70-80 ਹਜ਼ਾਰ ਸੇ ਭੈਂਸ ਕਮ ਨਹੀਂ ਆਤੀ, ਜੇ 70 ਹਜ਼ਾਰ ਮੈਂ ਤਾਂ 7 ਆ ਜਾਤੀ ਹੈ, ਮੰਨ ਕੇ ਚਲੋ ਵੀ ਲੱਖ ਮੈਂ 10 ਆ ਜਾਤੀ ਹੈ, ਉਸਕਾ ਪ੍ਰੋਫਿਟ 6 ਮਹੀਨੇ ਕੇ ਬਾਅਦ ਆ ਜਾਤਾ ਹੈ, ਉਹ ਵੀ ਜੇ ਤਾਂ ਬਹੁਤ ਅੱਛਾ ਜੀ, ਇਹ ਤਾਂ ਕਿਰਪਾ ਹੀ ਕਿਰਪਾ ਹੈ, ਬਾਈ ਉੱਧਰ ਨਾ ਜਾਓ ਤਾਂ ਇੱਧਰ ਚਲਾ ਜਾਤਾ, ਦੋਨੋਂ ਪਾਸੇ ਜੇ ਤੋਂ ਹਮਨੇ 10 ਨਕਸ਼ੇ ਸਟਾਰਟਿੰਗ ਕੀਤੀ, 5 ਬਰਬਰੇ ਔਰ 5 ਬੀਟਲ ਮੈਂ, ਅਬ ਤੋ ਬਸ ਬਹੁਤ ਹੈ, ਅੱਜ ਤੋਂ ਬਸ ਰੱਬ ਕੀ ਦਿਆ ਹੈ, ਟੀਮ ਨਹੀਂ ਹੈ, ਮਤਲਬ 100-150 ਆਰਾਮ ਸੇ ਹੈ, ਗੁਰੂ ਕਾ ਕੋਠਾ, ਇਨਕੀ ਸਾਂਭ ਸੰਭਾਲ ਆਦਮੀ ਰੱਖੇ ਹੈ ਦੋ ਤਿੰਨ, ਗੁਬਾਰੇ ਕਾ ਨੀਰਾ, ਦੋ ਤਿੰਨ ਆਦਮੀ ਰੱਖੇ ਹੈ, ਬੱਕਰੀਓ ਕਾ ਫਾਰਮ ਹੈ, ਅੱਛੇ ਬੱਚੇ ਕੁਆਲਿਟੀ ਦਾ ਰੱਖੇ ਹੋਏ ਹੈ, ਬੱਕਰੀਆਂ ਚਾਰਾ ਚੂਰਾ ਛਡਾਲਤੇ ਹੈ, ਅੱਛੀ ਬਰਬਰੀ ਬੱਕਰੀ ਹੈ, ਵਧੀਆ ਕੁਆਲਿਟੀਦਾਰ ਹੈ, ਇਸਕੀ ਬਰਬਰੀ ਹੈ, ਇਸਕੀ ਪਹਿਚਾਣ ਹੈ, ਅੱਛਾ ਦੁੱਧ ਦੇਤੀ ਹੈ, ਬਿਮਾਰੀ ਕੇ ਲਈ ਦੁੱਧ ਪੀਏਗਾ ਤਾਂ ਕੋਈ ਵੀ ਇਨਸਾਨ ਅੱਛਾ ਹੋਗਾ, ਜਿਸਕੇ ਸਿਲ ਡਾਊਨ ਹੋ ਜਾਤੇ ਹੈ, ਕੋਈ ਬਿਮਾਰੀ ਹੋਤੀ ਹੈ ਇਸੇ ਬਿਮਾਰੀ ਕਮ ਹੋਤੀ ਹੈ, ਬਾਹਰ ਜਾਤੀ ਹੈ, ਬਾਹਰ ਜਾਤੇ ਇਸਮੇ ਸ਼ੇਰ ਰੰਗ ਆ ਜਾਤਾ ਹੈ, ਯੋ ਲਾਲ ਕਲਰ ਸ਼ੇਰ ਰੰਗ ਆ ਜਾਤਾ ਹੈ, ਚਿੱਟੀ ਬਰਬਰੀ ਆ ਜਾਤੀ ਹੈ, ਕੋਈ ਵੀ ਕਾਲੀ ਬਰਬਰੀ ਕੁਆਲਿਟੀਦਾਰ ਹੋਤੀ ਹੈ, ਪਿਓਰ ਤੋਂ ਚਲੇਗੀ ਤਾਂ ਇਸੇ, ਅਰ ਕਲਰ ਲਾਲ ਵਾਲਾ ਅੱਛਾ, ਉਹ ਸੇ ਰੰਗ ਵਾਲਾ ਚਿੱਟੀ ਕਰਕੇ, ਇਸਕੇ ਦਾਂਤ ਸਿੰਗ ਨਹੀਂ ਹੈ, ਸਿੰਗ ਨਹੀਂ ਹੈ, ਕਾਨ ਖੜੇ ਇਸੇ ਪਤਲੇ ਕਾਨ ਹੈ, ਵਧੀਆ ਹੈ, ਸੁਪਰ। ਪਹਿਲੇ ਹਮ ਪਹਿਲੇ ਬੱਕਰੇ ਲੇਤੇ ਥੇ ਹਮ ਕਟਾਈ ਕੇ ਲੀਏ,
दो चार सौ बच जाता था, अभी हमको शौक हो गया, शौक से हम पालने लगे, पालने के लिए अच्छे बकरे लेने लगे, दूध वाली बड़े बकरे किसान बढ़िया बकरी लेने लगे, कोई 20 की 15 की 25 की 30 की। जेकर यह जानकारी तुहानूं चंगी लगी तां इस नूं लाइक करो अते शेयर करो अते साडे चैनल नूं सबसक्राइब करना ना भुलो जी। जेकर तुसी किसे भी विषय ते जानकारी चाहुंदे हो, कोई सूचना देना चाहुंदी हो तां नीचे कमेंट बॉक्स विच अपना कमेंट करके जरूर दस्यो जी। धन्यवाद।